1984 सिख कतलेआम दे पीड़ित परिवारां नूं बेहतर सहूलतां देण दे सरकार दावे करदी है, पर उत्थे ही दावे किन्ने क सही ने। उस दी उदाहरण है इह सिख परिवार जो कई सालां तों झुग्गी दे विच रह के गुजारा कर रहा है। परिवार दे कोल रहण लई छत नहीं, पर हुण इहनां दी बांह इक समाजिक सेवी संस्था ने फड़ी है ते संस्था ने वादा कीता है कि जल्द ही जमीन खरीद के इन्हां नूं मकान बना के देगी। संस्था दे मुखी ने कहा है कि झुग्गी च रहिंदे परिवार बारे जिवें ही उन्हां नूं पता लग्गिया तां उन्हां ने इहनां नाल संपर्क कीता। संस्था नाम सर्व मैनिटी सर्व गॉड चैरिटेबल ट्रस्ट, असी मोहाली तो हाँ, और साढ़े एक टीम मैंबर सीगे फतेहगढ़ साहब तो टीचर ने, उन्होंने सानू फोटोज़ पाईयां सीगियां कि ये परिवार इस तरह सड़क पर रह रहा और इन्हें बहुत लोड़ है, झुग्गी भी नहीं है, झुग्गी भी बहुत बड़ा शब्द है अपने आप दे विच, ते तां इत्थे आए सीगे। ते हुण तुसीं की इन्हां वास्ते बना के दे रहे हो? इन्हां दे लई घर दी उसारी करन दी तैयारी कर रहे हैं, जमीन खरीदन दी तैयारी कर रहे हैं, ये सारी सहायता जो एक्सटेंड करनी है और देखदे किन्ने समय से पूरी कर पाने हैं इनू, ते संगत तो लगातार अपील कर रहे हैं कि सानू इस दे विच सहयोग दी लोड़ रहेगी। की नाम है जी? स्वरणजीत सिंह। दूजे पासे परिवार दा कहना सी कि सरकार ने उन्हां दी हाले तक बांह नहीं फड़ी। उन्हां दे कतलेआम विच 6 परिवार दे मेंबर मारे गए सन, ते इस तों बाद घर-बार सोना सब कुछ रुल गया सी। सरकारां वल्लों केवल 3.5 लाख रुपए दी मदद कीती गई है। ਝੁੱਗੀ ਦੇ ਵਿੱਚ ਰਹਿ ਰਹੇ ਹੋ, ਕਿੰਨੇ ਸਮੇਂ ਤੋਂ ਇੱਥੇ ਇੱਦਾਂ ਹੀ ਰਹਿ ਰਹੇ ਹੋ? ਸੜਕਾਂ ਦੇ ਉੱਤੇ ਸੜਕਾਂ ਦੇ ਉੱਤੇ ਅਸੀਂ 10 ਸਾਲ ਹੋ ਗਏ ਜੀ ਸਾਨੂੰ ਸੜਕਾਂ 'ਤੇ ਕੱਟਦੇ ਹਾਂ, ਕਦੀ ਕੁਲਛੇਤਰ, ਕਦੀ ਅਸੀਂ ਰਾਜਪੁਰਾ, ਕਦੀ ਇੱਥੇ, ਇਸੇ ਤਰ੍ਹਾਂ ਟਾਈਮ ਪਾਸ ਕਰਦੇ ਚੱਲੇ ਆ ਰਹੇ ਹਾਂ ਜੀ। ਜਗ੍ਹਾ ਜਗ੍ਹਾ 'ਤੇ ਕਿਧਰੇ ਵੀ ਝੁੱਗੀ ਦਾ ਜਗ੍ਹਾ ਮਿਲ ਜਾਂਦੀ ਹੈ ਉੱਥੇ ਝੁੱਗੀ ਲਾ ਕੇ ਬੈਠ ਜਾਂਦੇ ਹਾਂ ਜੀ। ਕੋਈ ਸਾਡਾ ਰੁਜ਼ਗਾਰ ਨਹੀਂ, ਕੋਈ ਸਾਡਾ ਘਰ ਨਹੀਂ, ਕੋਈ ਸਾਡਾ ਪਾਰ ਨਹੀਂ, ਨਾ ਸਾਡੇ ਬੱਚੇ ਪੜ੍ਹਨੇ ਸਕੂਲ ਪੈ ਸਕਦੇ ਨੇ। ਕੋਈ ਘਰ ਬਾਰ ਹੋਏਗਾ ਸਕੂਲ ਬੱਚੇ ਪੜ੍ਹਨੇ ਪੈਣਗੇ ਜੀ, ਨਹੀਂ ਤਾਂ ਅੱਜ ਕੋਈ ਨਹੀਂ ਪਾਉਂਦਾ ਜੀ ਸਾਡੇ ਬੱਚਿਆਂ ਨੂੰ। ਕਿਹੜੇ ਜਦੋਂ ਦੰਗਾ ਪੀੜ ਦੇ ਵਿੱਚ ਕੀ ਆਪਣੇ ਦਾ ਹਾਸਾ ਵਾਪਰਿਆ ਸੀ? ਦੰਗਾ ਪੀੜ ਦੇ ਵਿੱਚ ਜੀ ਚੰਗੇ 10,000 ਬੰਦਾ ਸਾਡੇ ਚਾਰੇ ਤਰਫ ਆ ਗਿਆ ਸੀ ਜੀ ਸਾਨੂੰ ਮਾਰਨ ਵਾਸਤੇ। 3 ਦਿਨ ਸਾਡੇ ਮੁਕਾਬਲੇ ਚੱਲਦੇ ਰਹੇ ਨੇ, ਬਾਕੀ ਇੱਕ ਰੇਲ ਗੱਡੀ ਦਾ ਸਟੇਸ਼ਨ ਸੀ ਨਾਲ, ਉਹ ਰੇਲ ਗੱਡੀ ਸਾਰੀ ਉਹਨਾਂ ਨੇ ਰੋਕ ਕੇ ਅਤੇ ਸਾਰੀ ਗੱਡੀ ਉਹ ਆਉਣ ਪਈ ਸੀ ਜੀ ਸਾਨੂੰ ਲੁੱਟਣ ਫੱਟਣ ਵਾਸਤੇ। ਜੂੰ ਪੈਸੇ ਸੁੱਟੇ ਨੇ, ਸੋਨਾ ਸੁੱਟਿਆ, ਮੱਝਾਂ ਖੋਲ੍ਹ ਕੇ ਲੈ ਗਏ ਨੇ, ਫਿਰ ਵੀ ਨਹੀਂ ਛੱਡਿਆ ਜੀ ਉਹਨਾਂ ਨੇ, ਬੜਾ ਮੁਕਾਬਲਾ ਚੱਲਿਆ ਜੀ। ਕੌਣ ਸੀ ਤੁਹਾਡੇ ਪਰਿਵਾਰ ਮੈਂਬਰ, ਕੋਈ ਹੋਇਆ ਕਿਸੇ ਨਾਲ ਕੋਈ ਹਾਦਸਾ ਵਾਪਰਿਆ? 6 ਬੰਦੇ ਸਾਡੇ ਮਾਰੇ ਗਏ ਜੀ। ਕੀ ਨਾਮ ਸੀ ਉਹਨਾਂ ਦੇ? ਇੱਕ ਦਾ ਪਿਤਾ ਜੀ ਉੱਤਮ ਸਿੰਘ ਵੀਰ, ਸਾਡਾ ਛੋਟਾ ਭਰਾ ਸੀ ਉਹਦਾ ਜਗੀਰ ਸਿੰਘ, ਸ਼ਿਦਾਗਰ ਸਿੰਘ, ਗੁਰਬਚਨ ਸਿੰਘ, ਭੈਣ ਰਾਣੀ ਸੀ ਸਾਡੀ, ਭਰਜਾਈ ਸੀ, ਦੋਵੇਂ ਪਰਿਵਾਰ ਜਨਾਨੀ ਮਰਦ ਦੋਵੇਂ ਸਨ, ਉਹ ਦੋਵੇਂ ਖਤਮ ਹੋ ਗਏ। ਉਹਨਾਂ ਦਾ ਪਰਿਵਾਰ ਅਸੀਂ ਨਿੱਕਾ ਨਿੱਕਾ ਪਾਲਿਆ ਜੀ, 6-6, 8-8 ਮਹੀਨੇ, 10-10 ਮਹੀਨੇ, 1-1 ਸਾਲ ਦਾ ਬੱਚਾ ਉਹਨਾਂ ਦਾ ਪਾਲ ਪਾਲ ਕੇ ਵੱਡਾ ਕਰਕੇ ਉਹਨਾਂ ਦਾ ਵਿਆਹ ਸ਼ਾਦੀ ਕੀਤਾ ਜੀ। ਉਹਨਾਂ ਨੂੰ ਅਸੀਂ ਘਰ ਬਾਰ ਲੈ ਕੇ ਦਿੱਤੇ ਜੀ, ਕੋਈ ਹੇਰਾ ਫੇਰੀ ਨਹੀਂ ਕੀਤੀ ਜੀ ਉਹਨਾਂ ਦੇ ਨਾਲ। ਕੋਈ ਮਦਦ ਕੀਤੀ ਤੁਹਾਡੀ ਸਰਕਾਰ ਵੱਲੋਂ? ਸਰਕਾਰ ਵੱਲੋਂ ਉਹ ਵੀ ਮਦਦ ਹੋਈ ਜੀ, 3.5 ਲੱਖ ਦੀ, ਬਾਕੀ ਕੋਈ ਮਦਦ ਨਹੀਂ ਜੀ ਸਾਡੇ, ਹੋਰ ਕੋਈ ਮਦਦ ਨਹੀਂ ਸਾਨੂੰ ਹੋਈ। ਉਹਨੇ ਸੰਸਥਾ ਅੱਗੇ ਅੱਗੇ ਮਕਾਨ ਬਣਾ ਕੇ ਦੇ ਜੇ, ਕੀ ਕਹਿੰਦੇ? ਉਹਨੇ ਕਹਿ ਰਹੇ ਜੀ ਮਕਾਨ ਬਣਾ ਕੇ ਦੇਣੇ ਆ ਜੀ, ਇਹ ਸੰਸਥਾ ਕਹਿ ਰਹੀ ਹੈ ਇਹ ਪਰਿਵਾਰ ਦਾ, ਇਹ ਤੁਹਾਡਾ ਸਾਰਾ ਪੜ੍ਹਨੇ ਪਾ ਦਿੰਦੇ ਆ ਬੱਚੇ, ਔਰ ਤੁਹਾਡੀ ਸਹੂਲੀਅਤ ਬਣਾ ਦਿੰਦੇ ਆ, ਤੁਹਾਨੂੰ ਕਾਰੋਬਾਰ ਵੀ ਦਿੰਦੇ ਆ ਜੀ, ਅਤੇ ਮਕਾਨ ਵੀ ਤੁਹਾਨੂੰ ਬਣਾ ਕੇ ਦਿੰਦੇ ਆ, ਕਿਉਂਕਿ ਆ ਝੁੱਗੀ ਨੂੰ ਹੁਣ ਤੁਸੀਂ ਛੱਡ ਦਿਓ, ਅਤੇ ਅਸੀਂ ਇੱਥੇ ਮਾਰਿਆ ਜਿੱਥੇ ਕਹਿੰਦੇ ਨੇ ਸਿੰਘ, ਅਸੀਂ ਉਹਨਾਂ ਦੇ ਧੰਨਵਾਦ ਚਾਹੁੰਦੇ ਹਾਂ ਜੀ, ਉਹਨਾਂ ਦਾ ਧੰਨਵਾਦ ਕਰਨੇ ਆ। ਕਿੰਨੇ ਪਰਿਵਾਰ ਜੀ ਇੱਥੇ ਰਹਿੰਦੇ? ਇੱਥੇ 10 ਬੰਦੇ ਰਹਿ ਰਹੇ ਹਾਂ ਜੀ, 5 ਵੱਡੇ ਆ, 5 ਬੱਚੇ ਨੇ ਜੀ, ਝੁੱਗੀ ਦੇ ਵਿੱਚ ਟਾਈਮ ਪਾਸ ਕਰ ਰਹੇ ਹਾਂ ਜੀ। ਠੰਡ ਵੀ ਲੱਗਦੀ ਹੈ, ਤੂਫਾਨ ਵੀ ਚੱਲੇ ਨੇ, ਇੱਥੇ ਹੀ ਚੱਲ ਰਹੇ ਹਾਂ ਜੀ, ਜਿਸ ਤਰ੍ਹਾਂ ਟਾਈਮ ਪਾਸ ਕਰੀ ਆ ਰਹੇ ਹਾਂ। ਦਲੇਰ ਸਿੰਘ ਜੀ ਦੱਸ ਦਈਏ ਕਿ 1984 ਦਾ ਉਹ ਦੌਰ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਉੱਪਰ ਅਤਿਆਚਾਰ ਹੋਇਆ, ਤੇ ਉਸ ਦੌਰਾਨ ਕਈ ਸਿੱਖ ਪਰਿਵਾਰਾਂ ਨੂੰ ਇਸ ਦੀ ਮਾਰ ਪਈ ਹੈ, ਤੇ ਸਰਕਾਰਾਂ ਦੇ ਵੱਲੋਂ ਉਹਨਾਂ ਦੇ ਲਈ ਕਈ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਪਰ ਵਾਅਦਿਆਂ 'ਚ ਕਿੰਨਾ ਕਦਮ ਹੈ ਉਸ ਦੀ ਪੋਲ ਇਸ ਪਰਿਵਾਰ ਨੇ ਖੋਲ ਕੇ ਰੱਖ ਦਿੱਤੀ ਹੈ। ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਭੱਟ ਦੀ ਰਿਪੋਰਟ, ਸਕਰੋਲ ਪੰਜਾਬ।